ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੇ ਮੌਸਮ ਦੇ ਸਬੰਧੀ ਮਾਨਸੂਨੀ ਟੁੱਟਵੀਂ ਹਲਚਲ ਲੈ ਕੇ ਹਾਜ਼ਰ ਹੋਏ ਆਂ ਜੀ ਮੌਸਮ ਅਪਡੇਟ ਪੰਜਾਬ ਦੀ ਲੈ ਕੇ ਹਾਜ਼ਰ ਹੋਏ ਆਂ ਜੀ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਜੀ ਕਿੱਥੇ ਕਿੱਥੇ ਹੌਲਾ ਤੇ ਕਿੱਥੇ ਪਾਰਾਮੀ ਪੈ ਸਕਦਾ ਕਿਥੇ ਤੇਜ਼ ਛਰਾਟੇ ਪੈ ਸਕਦੇ ਆ ਪੂਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਸੋ ਜੇਕਰ ਤੁਹਾਡੇ ਇਲਾਕੇ ਜ਼ਿਲ੍ਹੇ ਪਿੰਡ ਸ਼ਹਿਰ ਦੇ ਵਿੱਚ ਬੱਦਲ ਹਨ ਤੇ ਨਿੱਕੀ ਨਿੱਕੀ ਬੂੰਦਾਬਾਂ ਦੀ ਹੋ ਰਹੀ ਹੈ ਤਾਂ ਕਮੈਂਟ ਸੈਕਸ਼ਨ ਚ ਯੈਸ ਲਿਖ ਸਕਦੇ ਹੋ ਨਹੀਂ ਤਾਂ ਤੁਸੀਂ ਨੋ ਲਿਖ ਸਕਦੇ ਹੋ ਮੌਸਮ ਵਿਭਾਗ ਚੰਡੀਗੜ੍ਹ ਦਿੱਤੀ ਦੁਆਰਾ ਦਿੱਤੀ ਗਈ ਇਨਫੋਰਮੇਸ਼ਨ ਦੇ ਹਿਸਾਬ ਦੇ ਨਾਲ ਮੌਜੂਦਾ ਸਮੇਂ ਤੋਂ ਸੂਬੇ ਚ ਕਿਤੇ ਕਿਤੇ ਤੇਜ਼ ਛਰਾਟੇ ਪੈ ਸਕਦੇ ਹਨ ਤੇ ਅੱਜ ਅਗਲੇ 2 ਦਿਨ ਮੌਸਮੀ ਹਲਚਲ ਹੋਰ ਵਧੇਗੀ ਇਸੇ ਤਰ੍ਹਾਂ ਹੀ ਟੁੱਟਵੇਂ ਛਰਾਟੇ ਕਈ ਖੇਤਰਾਂ 'ਚ ਦਰਜ ਹੋਣਗੇ ਹਾਲਾਂਕਿ ਇਹ ਕਾਰਵਾਈ ਟੁੱਟਵੀਂ ਰਹੇਗੀ ਪੰਜਾਬ ਦੇ 25% ਤੋਂ ਲੈ ਕੇ 50% ਹਿੱਸਿਆਂ ਦੇ ਤੱਕ ਸੋ ਦੋਸਤੋ ਜਦ ਕਿ ਬਾਰਡਰ ਦੇ ਨਾਲ ਲੱਗਦੇ ਪਾਕਿਸਤਾਨ ਵਾਲੇ ਬਾਰਡਰ ਦੇ ਨਾਲ ਲੱਗਦੇ ਪੱਛਮੀ ਜ਼ਿਲ੍ਹਿਆਂ 'ਚ ਬਰਸਾਤੀ ਕਾਰਵਾਈਆਂ ਦਾ ਪ੍ਰਭਾਵ ਜ਼ਿਆਦਾ ਰਹਿ ਸਕਦਾ ਹੈ ਜੀ ਇਨ੍ਹਾਂ ਇਲਾਕਿਆਂ ਦੇ ਵਿੱਚ ਕੁਝ ਜਗ੍ਹਾ ਤੇ ਭਾਰੀ ਮੀਂਹ ਪੈ ਸਕਦਾ ਹੈ ਬਮੀ ਵਾਲੇ ਬੱਦਲ ਆ ਜਿਹੜੇ ਉਹ ਦੱਖਣ ਤੋਂ ਉੱਤਰ ਵੱਲ ਜਾਣਗੇ ਜਿਸ ਤੋਂ ਪਤਾ ਲੱਗੇਗਾ ਕਿ ਕੋਈ ਪੱਛਮੀ ਸਿਸਟਮ ਨਹੀਂ ਹੈ ਤੇ ਬੰਗਾਲ ਦੀ ਖਾੜੀ ਤੋਂ ਨਮੀ ਵਾਲੀਆਂ ਹਵਾਵਾਂ ਲੈ ਕੇ ਪਹੁੰਚਿਆ ਹਵਾਵਾਂ ਦਾ ਸਰਕੂਲੇਸ਼ਨ ਪੂਰਬੀ ਰਾਜਸਥਾਨ ਤੇ ਮੌਜੂਦ ਹੈ ਨਤੀਜੇ ਵਜੋਂ ਅੱਜ ਦੁਪਹਿਰ ਤੋਂ ਹੀ ਟੁੱਟਵੇਂ ਖੇਤਰਾਾਂ ਚੂ ਗਰਦ ਚਮਕ ਅਤੇ ਤੇਜ਼ ਫੁਹਾਰਾਂ ਵਾਲੇ ਬੱਦਲਾਂ ਦਾ ਨਿਰਮਾਣ ਹੋ ਰਿਹਾ ਆਉਂਦੇ 2-3 ਦਿਨਾਂ ਦੇ ਵਿੱਚ ਵੀ ਜਿਹੜਾ ਮੀਂਹ ਦੀਆਂ ਫੁਹਾਰਾ ਜਾਰੀ ਰਹਿ ਸਕਦੀਆਂ ਹਨ ਪੰਜਾਬ ਦੇ ਦੱਖਣ ਪਛਮੀ ਅਤੇ ਉੱਤਰ ਪਛਮੀ ਭਾਗਾਂ ਚ ਕਿਤੇ ਕਿਤੇ ਜ਼ਿਆਦਾ ਮੀਂਹ ਪੈਣ ਦੀ ਉਮੀਦ ਹੈ ਜੀ ਸੋ ਥੋੜੇ ਥੋੜੇ ਖੇਤਰਾਂ ਦੇ ਵਿੱਚ ਕਾਰਵਾਈ ਨਾ ਮੱਤ ਰਹਿ ਸਕਦੀ ਹੈ ਜੀ ਮੌਜੂਦਾ ਸਮੇਂ ਦੇ ਵਿੱਚ ਫਿਰੋਜ਼ਪੁਰ ਜਲੰਧਰ ਕਪੂਰਥਲਾ ਲੁਧਿਆਣਾ ਰਾਜਪੁਰਾ ਤਰਨਤਾਰਨ ਬਸਾਇ ਬਠਿੰਡਾ ਮੋਗਾ ਮਾਨਸਾ ਮੁਕਸਰ ਸਾਹਿਬ ਚੋਂ ਟੁੱਟਵੀਂ ਕਾਰਵਾਈ ਜਾਰੀ ਹੈ ਤੇ ਆਉਂਦੇ ਕੁਝ ਘੰਟਿਆਂ ਚ ਇਹ ਕਾਰਵਾਈ ਹੋਰ ਖੇਤਰਾਂ ਦੇ ਵੱਲ ਖਿਸਕਦੀ ਜਾਵੇਗੀ ਸੋ ਦੋਸਤੋ ਸੂਬੇ ਪੰਜਾਬ ਦੇ ਮੌਸਮ ਦੇ ਸਬੰਧੀ ਇਹ ਤਾਜ਼ਾ ਅਪਡੇਟ ਸੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ